ਗੁਰਮੀਤ ਸਿੰਘ ਇੰਜੀਨੀਅਰ ਹੋਰਾਂ ਦੇ ਮਾਤਾ ਜੀ ਬੀਬੀ ਸੁਰਜੀਤ ਕੌਰ ਹੋਣੀ, ਉਹ ਬੇਸ਼ੱਕ ਜੇਲ੍ਹ ਦੇ ਅੰਦਰ ਸੀ ਪਰ ਕਹਿੰਦੇ ਨੇ ਕਿ ਇੱਕ ਮਾਂ ਦੇ ਲਈ ਉਹ ਸਮਾਂ ਬੜਾ ਔਖਾ ਹੁੰਦਾ ਜਦੋਂ ਪੁੱਤ ਅੰਦਰ ਗਿਆ ਸੀ। 27 ਸਾਲ ਤੋਂ ਵੱਧ ਸਮਾਂ ਹੋ ਗਿਆ ਜੀ, ਉਦੋਂ ਜਵਾਨ ਪੁੱਤ ਸੀ ਪਰ ਅੱਜ ਬੇਸ਼ੱਕ ਵਿੱਚ ਦੀ ਮਿਲਦੇ ਰਹੇ ਪਰ ਹੁਣ ਰੈਗੂਲਰ ਜ਼ਮਾਨਤ 'ਤੇ ਬਾਹਰ ਆਇਆ, ਉਹ ਪੁੱਤ ਵੀ ਬਜ਼ੁਰਗ ਹੋ ਚੱਲਿਆ। ਦੇਖੋ ਜੀ, ਸਮਾਂ ਤਾਂ ਹੁਣ ਤੁਹਾਨੂੰ ਪਤਾ ਹੀ ਹੈ, ਸਮਾਂ ਤਾਂ ਬਹੁਤ ਔਖਾ ਹੈ ਨਾ, ਉਹ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ। ਦੂਸਰੀ ਗੱਲ ਇਹ ਹੈ ਵੀ ਮੈਂ ਸਾਰੀ ਸੰਗਤ ਦਾ, ਸਾਰੀ ਕੌਮ ਦਾ, ਸਭ ਦਾ ਹੀ ਮੈਂ ਧੰਨਵਾਦ ਕਰਦੀ ਹਾਂ ਵੀ ਚਲੋ ਮਹਾਰਾਜ ਦਾ ਸ਼ੁਕਰ ਹੈ ਜੋ ਇਹ ਖੁਸ਼ੀ ਮਿਲੀ। ਅੱਜ ਜਦੋਂ ਸਾਹਮਣੇ ਪਤਾ ਲੱਗਿਆ ਵੀ ਪੁੱਤ ਬਾਹਰ ਆ ਰਿਹਾ, ਗੱਡੀ 'ਚੋਂ ਬਾਹਰ ਆ ਰਿਹਾ, ਤਾਂ ਜ਼ਹਿਨ ਦੇ ਵਿੱਚ ਉਸ ਵੇਲੇ ਕੀ ਚੱਲ ਰਿਹਾ ਸੀ? ਮੈਂ ਦੇਖ ਰਿਹਾ ਕਿ ਬੇਸ਼ੱਕ ਤੁਸੀਂ ਮਜ਼ਬੂਤ ਨਜ਼ਰ ਆ ਰਹੇ ਹੋ ਪਰ ਅੰਦਰੋਂ ਭਾਵੁਕਤਾ, ਇੱਕ ਮਾਂ ਦੇ ਦਿਲ ਦਾ ਦਰਦ ਵੀ ਨਜ਼ਰ ਆ ਰਿਹਾ। ਪਰ ਮੈਂ ਤਾਂ ਕੋਟ ਨੂੰ ਕੋਟ ਮਹਾਰਾਜ ਦਾ ਧੰਨਵਾਦ ਕਰਦੀ ਹਾਂ ਜੀ, ਮੇਰੇ ਕੋਲ ਤਾਂ ਉਹ ਸ਼ਬਦ ਹੈ ਜਿਹੜੇ ਮਹਾਰਾਜ ਦਾ, ਇੰਨਾ ਮੈਂ ਧੰਨਵਾਦ ਕਰਾਂ। ਕਿੰਨਾ ਕੁ ਸਮਾਂ ਮਗਰੋਂ ਔਖਾ ਦੇਖਿਆ, ਕਿਸ ਤਰ੍ਹਾਂ ਦੇ ਹਾਲਾਤ ਦੇਖੇ? ਵਾਹਿਗੁਰੂ ਜੀ ਕੀ ਫਤਿਹ। ਤਾਂ ਬੀਬੀ ਸੁਰਜੀਤ ਕੌਰ ਮਾਤਾ ਨੇ ਗੁਰਮੀਤ ਸਿੰਘ ਹੋਰਾਂ ਦੇ, ਹਾਲਾਂਕਿ ਬੇਸ਼ੱਕ ਜ਼ਿਆਦਾ ਗੱਲਾਂ ਪਤਾ ਨਹੀਂ ਪਰ ਕੌਮ ਦਾ ਕਹਿੰਦੇ ਨੇ ਕਿ ਸ਼ੁਕਰੀਆ ਅਦਾ ਕਰਦੀ ਹਾਂ। ਪੁੱਤ ਬਾਹਰ ਆਇਆ, ਬੇਸ਼ੱਕ ਜਵਾਨ ਅੰਦਰ ਗਿਆ ਸੀ, ਅੱਜ ਬਿਰਧ ਬਾਹਰ ਆਇਆ, ਬਜ਼ੁਰਗ ਹੋ ਚੱਲਿਆ, 27 ਸਾਲ ਤੋਂ ਵੱਧ ਸਮਾਂ ਜੇਲ੍ਹ 'ਚ ਬਿਤਾਇਆ, ਪਰ ਕਹਿੰਦੇ ਨੇ ਕਿ ਜਦੋਂ ਹਾਲਾਤ ਬਣਦੇ ਨੇ ਤਾਂ ਫਿਰ ਪਰਿਵਾਰ ਨੂੰ ਉਹ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ। ਕੈਮਰਾਮੈਨ ਸੁਖਿੰਦਰ ਸਿੰਘ ਧਾਲੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਚੰਡੀਗੜ੍ਹ।